ਮੇਰਾ ਬਲਕਾਰ ਸਿੰਘ ਹੈ ਜੀ ਬਲਕਾਰ ਸਿੰਘ ਹਾਂ ਉਹਨਾਂ ਦਾ ਨਾਮ ਗੁਰਜੰਟ ਸਿੰਘ ਹੈ ਜਿਹਨਾਂ ਦੀ ਡੈਥ ਹੋਈ ਹੈ ਤੇ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਮਰਡਰ ਸਾਨੂੰ ਫੋਨ ਆਇਆ ਜੀ ਮੁੰਡਾ ਯਾਰ ਦੋਸਤ ਹੈ ਜਿਹੜਾ ਕਟਾਲੇ ਤੋਂ ਉਹਨੇ ਫੋਨ ਕੀਤਾ ਅਤੇ ਉਹਨੇ ਜਾ ਕੇ ਜਾ ਉਹਨਾਂ ਨੂੰ ਪਤਾ ਲੱਗਿਆ ਉਹਨੇ ਜਾ ਕੇ ਦੇਖਿਆ ਵੀ ਉੱਥੇ ਵੀ ਇੱਦਾਂ ਕੁੱਟਮਾਰ ਕਰਕੇ ਮਾਰਤਾ ਬੰਦਾ ਤਾਂ ਉਹਨੇ ਫਿਰ ਫੋਨ ਕੀਤਾ ਵੀ ਇੱਦਾਂ ਗੱਲ ਹੋ ਗਈ ਬਈ ਕੁੱਟਿਆ ਉਹ ਜ਼ਿਆਦਾ ਵੀ ਹੋ ਗਏ ਅਤੇ ਅਸੀਂ ਇੱਥੇ ਨੂੰ ਆਉਣ ਲੱਗੇ ਉਹਨੇ 10-15 ਮਿੰਟ ਬਾਅਦ ਫੋਨ ਕਰਤਾ ਵੀ ਉਰੇ ਸਮਰਾਲੇ ਲੈ ਕੇ ਆ ਗਏ ਉਹਨਾਂ ਨੂੰ ਅਸੀਂ ਉੱਥੋਂ ਫਿਰ ਨਹੀਂ ਆਏ ਸਿੱਧਾ ਸਮਰਾਲੇ ਆ ਗਏ ਸਮਰਾਲੇ ਆ ਕੇ ਦੇਖਿਆ ਜਦ ਹਸਪਤਾਲ ਸਰਕਾਰੀ ਤਾਂ ਉਹਨਾਂ ਦੀ ਡੈਥ ਹੋ ਜੂ ਅਤੇ ਕੀ ਕਾਰਨ ਹੈ ਉਹਨਾਂ ਦੀ ਮੌਤ ਦਾ ਤੁਹਾਨੂੰ ਕੀ ਲੱਗਦਾ ਕਾਰਨ ਤਾਂ ਜੀ ਸੱਟਾਂ ਗੁੱਝੀਆਂ ਜਿਹੜੇ ਆ ਕੁਛ ਸਿਰ 'ਚ ਆਮ ਵੀ ਵੱਜੀਆਂ ਨੇ ਦੇਖਦੀਆਂ ਜੋ ਗੁੱਝੀਆਂ ਸੱਟਾਂ ਵੀ ਨੇ ਜ਼ਿਆਦਾ ਕੁੱਟ ਨਾਲ ਗੁੱਝੀਆਂ ਸੱਟਾਂ ਵੱਜਣਾ ਉਹਨਾਂ ਦੀ ਫਿਰ ਡੈਥ ਉੱਥੇ ਗਏ ਕਿਉਂ ਸੀ ਉਹ ਹੁਣ ਸੁਣ ਜਾ ਵੀ ਉਹਨਾਂ ਨੇ ਕੋਈ ਜਗਨ ਸਾਜ਼ ਸੀ ਉਹਨਾਂ ਸੱਦਿਆ ਪਲੈਨ ਬਣਾ ਕੇ ਯਾਨੀ ਕਿ ਐਂ ਕੀਤਾ ਜਿਹੜੀ ਲੇਡੀ ਸੰਦੀਪ ਕੌਰ ਨਾਲ ਕੀ ਸੰਬੰਧ ਸੰਬੰਧ ਸਵਾਨ ਜੀ ਹਾਂ ਮਾੜੀ ਮੋਟੀ ਗੱਲਬਾਤ ਕੋਈ ਹੋਊਗੀ ਕੋਈ ਪਿੰਡ ਦੀ ਉਹ ਵੀ ਉਹ ਰਹਿੰਦੀ ਕਟਾਲੇ ਆ ਉਹ ਅੱਛਾ ਜੀ ਤੇ ਪੁਰਾਣੇ ਜਾਣਦੇ ਨੇ ਚੰਗੇ ਦਿਨ ਹਾਂ ਪਿੰਡ ਦੇ ਹੀ ਹੈ ਜੀ ਕਕਰਾਲਾ ਖੁਰਦਦੇ ਨੇ ਉਹ ਅੱਛਾ ਜੀ ਹਾਂ ਉਹਨਾਂ ਨੇ ਉੱਥੇ ਵੇਚਿਆ ਤਾਂ ਹੈ ਨਹੀਂ ਇੱਥੇ ਜਗ੍ਹਾ ਮੁੱਲ ਲੈ ਕੇ ਉਰੇ ਰਹਿਣ ਲੱਗੇ ਹੋਏ ਆ 2-4 ਸਾਲਾਂ ਨਜਾਇਜ਼ ਸੰਬੰਧ ਕਹਿ ਸਕਦੇ ਆਪਾਂ ਨਜਾਇਜ਼ ਹਾਂਜੀ ਨਜਾਇਜ਼ ਕਹਿ ਲਓ ਚਾਹੇ ਕੁਛ ਯਾਰੀ ਦੋਸਤੀ ਜਾਂ ਇੱਦਾਂ ਕੁਛ ਵੀ ਕਹਿ ਲਓ ਹਾਂਜੀ ਅੱਜ ਸਾਨੂੰ ਇਨਫੋਰਮੇਸ਼ਨ ਮਿਲੀ ਸੀ SHO ਸਾਹਿਬ ਨੂੰ ਸਾਡੇ ਨੂੰ ਆਉਂਦੀ ਨੇੜੇ ਕਿ ਜਿਹੜਾ ਇਹ ਸੰਦੀਪ ਕੌਰ ਜਿਹੜੀ ਕਟਾਲੇ ਦੀ ਰਹਿਣ ਵਾਲੀ ਹੈ ਉਹਦੇ ਕੋਈ ਇਹਦੇ ਨਾਲ ਜਿਹੜਾ ਆਪਣਾ ਗੁਰਜੰਟ ਸਿੰਘ ਨਾਲ ਕੋਈ ਨਜਾਇਜ਼ ਸੰਬੰਧ ਸੀ ਕਿਸੇ ਅੱਜ ਉਹਨਾਂ ਨੇ ਰਾਤ ਨੂੰ ਬੁਲਾਇਆ ਭੁਲਾਵਾ ਦੇ ਕੇ ਵੀ ਤੁਹਾਨੂੰ ਬੁਲਾਇਆ ਕੋਈ ਗੱਲ ਕਰਨੀ ਹੈ ਉੱਥੋਂ ਦੇ ਜਿਹੜਾ ਘਰਵਾਲਾ ਸੀ ਅਵਤਾਰ ਸਿੰਘ ਨੂੰ ਕਟਾਲੇ ਦੇ ਉਹਨੂੰ ਜਿਹੜਾ ਮਿਲ ਕੇ ਦੋਵਾਂ ਨੇ ਡੰਡੇ ਸੋਟੇ ਮਾਰ ਕੇ ਵੀ ਡੈਥ ਕਰਤੀ ਮਰ ਗਿਆ ਅੱਛਾ ਗੁਰਜੰਟ ਸਿੰਘ ਕੀ ਕਰਦਾ ਸੀਗਾ ਜੀ ਗੁਰਜੰਟ ਸਿੰਘ ਰੇਲਵੇ ਦੇ ਵਿੱਚ ਭੋਪਾਲ ਲੱਗਿਆ ਕੋਈ ਮਕੈਨਿਕ ਵਗੈਰਾ ਰੇਲਵੇ ਦੇ ਵਿੱਚ ਅਤੇ ਉਹ ਕੱਲ੍ਹ ਹੀ ਆਇਆ ਸੀ ਅਤੇ ਉਹਨੂੰ ਉਹਨੇ ਕੋਈ ਸੁਨੇਹਾ ਲੱਗੇ ਬੁਲਾਇਆ ਰਾਤੋਂ ਘਰ ਵਿੱਚ ਚਲੇ ਗਿਆ ਸੀ ਕਿਸੇ ਆਪਣੇ ਰਿਸ਼ਤੇਦਾਰ ਦੇ ਨਾਲ ਕਿਹਨਾਂ ਨੇ ਮਰਡਰ ਕੀਤਾ ਜੀ ਉਹ ਕਾਬੂ ਕਰ ਲਏ ਜਾਂ ਫਰਾਰ ਕੀਤੇ ਨਹੀਂ ਅਜੇ ਤਾਂ ਜਿਹੜਾ ਹੈਗਾ ਉਹਦੀ ਜਿਹੜੀ ਆ ਭਾਲ ਜਾਰੀ ਹੈ ਅਸੀਂ ਉਹਨਾਂ ਨੂੰ ਜਿਹੜਾ ਹੈ ਉਹਨਾਂ ਦੇ ਸਾਹਮਣੇ ਕਰ ਮਾਰੇ ਹਾਂ ਸ਼ਾਇਦ ਮਤਲਬ ਪਿੱਛੇ ਜਿਹੜਾ ਕਾਰਨ ਆਪਾਂ ਨਜਾਇਜ਼ ਸੰਬੰਧ ਕਹਿ ਸਕਦੇ ਹਾਂਜੀ ਹਾਂ ਉਹ ਜਿਹੜੀ ਗੱਲ ਹੈ ਹੁਣ ਤੱਕ ਇਹ ਜਿਹੜੀ ਉੱਥੋਂ ਮੌਕੇ ਤੋਂ ਪਤਾ ਲੱਗੀ ਹੈ ਕਿ ਇਹਨਾਂ ਦਾ ਆਪਸ ਵਿੱਚ ਜਿਹੜੇ ਨਜਾਇਜ਼ ਸੰਬੰਧ ਸੀ ਸੰਦੀਪ ਕੌਰ ਦੇ ਗੁਰਜੰਟ ਸਿੰਘ ਦੇ ਨਾਲ ਅਤੇ ਉਹਦੇ ਘਰਾਲੇ ਨੂੰ ਇਸ ਗੱਲ ਦੀ ਭਿੰਨੀ ਪੈ ਗਈ ਉਹਨੇ ਉੱਥੇ ਪ੍ਰੈਸ਼ਰ ਪਾ ਕੇ ਉਹਨੂੰ ਉੱਥੇ ਬੁਲਾਇਆ ਰਾਤ ਨੂੰ ਅਤੇ ਉਹਦੀ ਜਿਹੜਾ ਕਿ ਆਪਦਾ ਮਰਡਰ ਕਰ ਦਿੱਤਾ ਪਹਿਲਾਂ ਵੀ ਜਿਹੜਾ ਗੁਰਜੰਟ ਸਿੰਘ ਹੈ ਪਹਿਲਾਂ ਮੈਰਿਡ ਨੇ ਕਿੰਨੇ ਬੱਚੇ ਨੇ ਗੁਰਜੰਟ ਸਿੰਘ ਮੈਰਿਡ ਹੈ ਉਹਦੇ ਜਿਹੜੇ ਹੈਗੇ ਦੋ ਬੱਚੇ ਨੇ ਕੁੜੀ ਉਹਦੀ ਜਿਹੜੀ ਹੈ ਬਾਹਰ ਕਿਸੇ ਜਨਮ ਵਗੈਰਾ ਪੜ੍ਹ ਰਹੀ ਹੈ ਸਟੱਡੀ ਇੱਥੇ ਬੇਟਾ ਜਿਹੜਾ ਉਹਦਾ 16-17 ਸਾਲ ਦਾ ਉਹ ਕਰੀ ਜਾਂਦੀ ਵਾਈਫ ਹੈ